ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੇ ਦੇਸ਼ ਦੇ ਕਿਸਾਨਾਂ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਅਗਵਾਈ ਵਿੱਚ ਜੋ ਕੇਂਦਰ ਸਰਕਾਰ ਨੇ 3 ਕਾਲੇ ਕਾਨੂੰਨ ਬਣਾਏ ਨੇ ਖੇਤੀਬਾੜੀ ਦੇ ਨੁਕਸਾਨ ਦੇ, ਉਹਨਾਂ ਨੂੰ ਵਾਪਸ ਕਰਾਉਣ ਵਾਸਤੇ ਸੰਘਰਸ਼ ਦਿੱਲੀ ਦੇ ਬਾਰਡਰ 'ਤੇ ਚੱਲ ਰਿਹਾ ਹੈ। ਸੋ ਦਾਸ ਦੀ ਸਤਿਗੁਰ ਚਰਨ ਅਰਦਾਸ ਬੇਨਤੀ ਹੈ ਕਿ ਉਹ ਸੰਘਰਸ਼ ਨੂੰ ਹੋਰ ਚੜ੍ਹਦੀਆਂ ਕਲਾਂ 'ਚ ਬਖਸ਼ੇ ਔਰ ਫਤਿਹ ਬਖਸ਼ੇ, ਕਾਮਯਾਬੀ ਬਖਸ਼ੇ, ਜੋ ਕਿ ਬਜ਼ੁਰਗ ਮਾਤਾ, ਬਜ਼ੁਰਗ ਭਾਈ, ਨੌਜਵਾਨ ਬੱਚੇ ਜੋ ਦਿਨ ਰਾਤ ਠੰਡ ਦੇ ਦਿਨਾਂ ਵਿੱਚ ਉੱਥੇ ਕੱਟ ਰਹੇ ਨੇ ਔਰ ਬੜੀਆਂ ਮੁਸ਼ਕਲਾਂ ਵਿੱਚ ਉਹ ਸਾਰਾ ਸੰਘਰਸ਼ ਨੂੰ ਨਿਭਾ ਰਹੇ ਨੇ। ਸੋ ਇਹਨਾਂ ਦਿਨਾਂ ਵਿੱਚ ਜੋ ਵੱਡੇ ਵਪਾਰੀ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਔਰ ਕਿਸਾਨੀ ਨੂੰ ਮਾਰਨ ਵਾਸਤੇ ਕਾਲੇ ਕਾਨੂੰਨ ਬਣਾਏ ਨੇ ਉਹ ਵਾਪਸ ਹੋਣੇ ਚਾਹੀਦੇ ਨੇ। ਸੋ ਇਸ ਰੋਸ ਵਜੋਂ ਦਾਸ ਜੋ ਪਦਮ ਸ਼੍ਰੀ ਭਾਰਤ ਸਰਕਾਰ ਨੂੰ ਰਾਸ਼ਟਰ ਪਦਮ ਮਿਲਿਆ ਸੀ ਉਹ ਦਾਸ ਵਾਪਸ ਕਰਦਾ ਹੈ ਔਰ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਜ਼ਾਹਰ ਕਰਦਾ ਹੈ ਅਤੇ ਸਤਿਗੁਰਾਂ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੈ ਕਿ ਸਤਿਗੁਰ ਕਿਰਪਾ ਕਰਨ, ਇਸ ਸੰਘਰਸ਼ ਨੂੰ ਕਾਮਯਾਬੀ ਬਖਸ਼ੇ, ਹੋਰ ਬੁਲੰਦੀਆਂ ਵਿੱਚ ਜਾਣ, ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।